ਦੋ ਮਾਮਾ ਦੋ ਤੀਆਂ ਬਾਗਾਂ ਵਿੱਚ ਜਾਣ ਤਿੰਨ ਨਿੰਬੂ ਤੋੜ ਕੇ ਸਾਬਤ ਸਾਬਤ ਖਾਣ ਨਿੰਬੂ ਸਾਬਤ ਖਾਣ ਦੀ ਕਿ ਲੋੜ ਹੈ ਜੂਸ ਬਣਾ ਕੇ ਸਿਕੰਜਵੀ ਪੀ ਲੋ ਮਸਤ ਜੋਕ ਮਾਰ ਰਿਹਾ ਇਹ ਹੱਸ ਰਿਹਾ ਹਲਕਟ ਹੱਸ ਓਹ ਤਾਂ ਦੱਸਣਾ ਵੀ ਕਿਵੇਂ ਖਾਦਾ ਦੋ ਮਾਮਾ ਦੋ ਤੀਆਂ ਨਿੰਬੂ ਕੌਣ ਖਾਂਦਾ ਹੁੰਦਾ ਪਹਿਲੇ ਦੱਸ ਕਿਉਂ ਨਹੀਂ ਖਾਂਦਾ ਅਮਰੂਦ ਤਾਂ ਮੰਨ ਸਕਦੇ ਕੀ ਖਾ ਲੈ ਚਲੋ ਬਾਗ ਦੇ ਵਿੱਚ ਨਿੰਬੂ ਕੌਣ ਖਾਂਦਾ ਹੈ ਨਿੰਬੂ ਕੌਣ ਖਾਂਦਾ ਹੈ ਇਹ ਤਾਂ ਲੇਟੈਸਟ ਨਿਊਜ਼ ਹੈ ਚਲੋ ਮਰੂਦ ਲਾ ਲਓ ਉਹ ਲੈ ਇਹ ਤਾਂ ਠੱਕਾ ਹੈ ਕੁਝ ਵੀ ਲਾ ਲਓ ਬਸ ਵੀ ਸਭ ਦੀ ਸਭ ਦੀ ਚੀਜ਼ ਖਾਦੀ ਆ ਉਹਨਾਂ ਨੇ ਹਾਂ ਜੀ ਬਦਲ ਲਿਆ ਦੇਖਿਆ ਇਹ ਮੇਰੇ ਕਹਦੇ ਨੇ ਨਾ ਚੇਂਜ ਕਰਤਾ ਹੋਏਗਾ ਮਰੂਦ ਹੀ ਇਹਨੇ ਗਲਤੀਆਂ ਨਿੰਬੂ ਬੋਲਤਾ ਨਹੀਂ 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 ਸਾਨੂੰ ਕਿ ਇੱਥੇ ਕੁਝ ਟੋਕੜਪੜ ਹੈ ਨਹੀਂ ਮੈਂ ਨਿੰਬੂ ਹੀ ਲਿਖਿਆ ਹੋਇਆ ਬਟ ਤੁਹਾਨੂੰ ਰਾਸ ਨਹੀਂ ਆਉਂਦਾ ਨਾ ਮੇਰੇ ਲਈ ਉਹ ਨਿੰਬੂ ਗਾਈ ਖਾਂਦਾ ਯਾਰ ਕਮੈਂਟ ਕਰਕੇ ਦੱਸਿਓ ਬਾਈ ਕਮੈਂਟ ਕਮੈਂਟ ਕਰ ਰਿਹਾ ਨਿੰਬੂ ਹੀ ਖਾਂਦਾ ਕਮੈਂਟ ਕੋਈ ਖਾਂਦਾ ਮੈਂ ਕਿਹਾ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਹੈ ਨਾ ਨਿੰਬੂ ਤਾਂ ਨਹੀਂ ਖਾਦੇ ਨਿੰਬੂ ਦਾ ਜੂਸ ਪੀਤਾ ਜਾਂਦਾ ਹੈ ਨਿੰਬੂ ਕੋਣੇ ਖ ਤੇ ਦੋ ਤੀਆਂ ਬਾਗਾਂ ਵਿੱਚ ਜਾਣ ਤੇ ਤਿੰਨ ਚੀਜ਼ਾਂ ਕੋਈ ਵੀ ਤੋੜ ਕੇ ਕੱਲੀ-ਕੱਲੀ ਖਾਣ ਹਾਂ ਕਿਉਂਕਿ ਉਹ ਚਾਰ ਨਹੀਂ ਹੈਗੀਆਂ ਤਿੰਨ ਹੀ ਨੇ ਕਿਵੇਂ ਤਿੰਨ ਇਸ ਕਰਕੇ ਆ ਕਿਉਂ ਕਿਉਂਕਿ ਹਮ ਬੇ ਜਲਦੀ ਬੋਲ ਕੱਲ ਸਵੇ ਪਨਵੈਲ ਨਿਕਲਣਾ ਹੈ ਇੱਕ ਨਾਨੀ ਹੈ ਹਾਂ ਇੱਕ ਮਾਂ ਹੈ ਹਾਂ ਔਰ ਇੱਕ ਬੇਟੀ ਹੈ ਹਾਂ ਠੀਕ ਹੈ ਤਾਂ ਦੋ ਮਾਂ ਜਿਹੜੀ ਹੋ ਗਈ ਨਾਨੀ ਔਰ ਮਾਂ ਦੋ ਮਾਂ ਹੋ ਗਈਆਂ ਹਾਂ ਠੀਕ ਹੈ ਔਰ ਮਾਂ ਔਰ ਬੇਟੀ ਇਹ ਦੋਨੋਂ ਬੇਟੀਆਂ ਵੀ ਹੋ ਗਈਆਂ ਹਮ ਜੇ ਨਾਨੀ ਦੀ ਬੇਟੀ ਉਹ ਹੈ ਤੇ ਉਹਦੀ ਬੇਟੀ ਹੋ ਐਮ ਵੀ ਹੋ ਗਿਆ ਹਾਂ ਹਾਂ ਜੀ ਉਹ ਹੀ ਤਾਂ ਮੈਂ ਕਹਿ ਰਿਹਾ ਦੋ ਮਾਂ ਹੋ ਗਿਆ ਦੋ ਤੀਆ ਹੋ ਗਿਆ ਟੋਟਲ ਬੰਦੇ ਤਿੰਨ ਹੀ ਨੇ ਵਾ 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 ਬਿਲਕੁਲ ਸਹੀ ਮੈਡਮ ਸਾਨੂੰ ਉਲਝਾ ਨਹੀਂ ਸਕਦਾ ਮੈਂ ਬੜੇ ਟਾਈਮ ਤੋਂ ਪੁਝਾਰਤਾ ਪਾ ਰਹੇ ਹਾਂ ਬਸ ਪਾ ਰਹੇ ਹਾਂ ਉਹ ਕਿਹੜੀ ਚੀਜ਼ ਹੈ ਜਿਸ ਨੂੰ ਅਸੀਂ ਦਿਨ ਪਰ ਤੇ ਤੁਸੀਂ ਵੀ ਦਿਨ ਪਰ ਚੱਕ ਦਿਓ ਧਰ ਦਿਓ ਚੱਕ ਦਿਓ ਧਰ ਦਿਓ ਚੱਕ ਦਿਓ ਧਰ ਦਿਓ ਮੈਂ ਸਾਰ ਦਿਨ ਚੱਕਦਾ ਧਰਦਾ ਚੱਕਦਾ ਧਰਦਾ ਮੋਬਾਈਲ ਅੱਜਕੱਲ੍ਹ ਵੈਸੇ ਸਾਰਿਆਂ ਦਾ ਸਹੀ ਜਵਾਬ ਇਹੀ ਆਉਣਾਗਾ ਮੋਬਾਈਲ ਸਾਰੇ ਦਿਨ ਚੱਕਦੇ ਆਂ ਕਈ ਧਰ ਦਿੰਦੇ ਆਂ ਕਈ ਚੱਕਦੇ ਆਂ ਕਈ ਧਰ ਦਿੰਦੇ ਆਂ ਕਈ ਚੱਕਦੇ ਆਂ ਕਿ ਤਾਬੇ ਮੇਰੇ ਹਿਸਾਬ ਨਾਲ ਇਹਦਾ ਸਹੀ ਜਵਾਬ ਨਹੀਂ ਆ ਸੋ ਇਹਦਾ ਸਹੀ ਜਵਾਬ ਸਾਡੇ ਸਾਹਮਣੇ ਮਾਈਕ ਵੀ ਬਣਦਾ ਮਾਈਕ ਪਾਸੇ ਕਈ ਚੱਕਦੇ ਆਂ ਕਈ ਧਰ ਦਿੰਦੇ ਆਂ ਕਈ ਚੱਕਦੇ ਆਂ ਕਈ ਧਰ ਦਿੰਦੇ ਆਂ ਹੂੰ ਸਾਡੇ ਸਾਹਮਣੇ ਤਾਂ ਕਈ ਜਵਾਬ ਬਣਦੇ ਨੇ ਜੇ ਮੇਰੇ ਸਾਹਮਣੇ ਪੁੱਛੋਗੇ ਤਾਂ ਬਟ ਇੱਕ ਰਾਈ ਆਹ ਕੁਰਸੀ ਜਿਹੜੀ ਪਈ ਹੋਈ ਆ ਕਈ ਚੱਕਦਾ ਮੈਂ ਉਧਰ ਰੱਖਦਾ ਕਈ ਚੱਕ ਕੇ ਇੱਧਰ ਰੱਖਦਾ ਕਈ ਚੱਕ ਉਧਰ ਰੱਖਦਾ ਸਾਰਾ ਦਿਨੇ ਕੁਰਸੀ ਨਾਲ ਕੇ ਖੰਗੜੇ ਜਾਂ ਲੈ ਰਹੀ ਹੈ ਕੋਈ ਨਾ ਮੈਨੂੰ ਕੋਈ ਨਾ ਮੇਰਾ ਗਲਾ ਜਾਮ ਹੋਇਆ ਪਿਆ ਸੱਚੀ ਜੰਮੀ ਆਉ ਰਹੀ ਜਾਂ ਜੀ ਨਿਕਲੀ ਪਈ ਆ ਦੇਖੋ ਬਹਾਨੇ ਨਾਲ ਉਹ ਦੱਸਣ ਦੀ ਕੋਸ਼ਿਸ਼ ਕਰ ਰਹੀ ਕਿ ਮੈਂ ਬਿਮਾਰ ਆ ਤੇ ਬਿਮਾਰੀ ਦੇ ਹਾਲਾਤ ਦੇ ਵਿੱਚ ਮੇ ਤੋਂ ਵੀਡੀਓ ਬਣਵਾਈ ਜਾ ਰਹੀ ਆ ਨਾ ਉਹ ਤਾਂ ਉਹਨਾਂ ਨੂੰ ਪਤਾ ਵੀ ਇਹਨੂੰ ਨਾਰਮਲੀ ਖੰਗ ਰਹਿੰਦੀ ਆ ਹਾਂ ਪਿਛਲੇ 1 ਸਾਲ ਤੋਂ ਇੰਨੀ ਵੀ ਨਹੀਂ ਹੋएगी ਤੂੰ 2013 ਤੋਂ ਮੈਂ ਬਾਜ਼ਾਰਤਾ ਦਾ ਜਵਾਬ ਫਿਰ ਟਪ ਟਪ ਬਾਜ਼ਾਰਤਾ ਓਕੇ ਓਕੇ ਮੈਂ ਕਹ ਰਿਹਾ ਨੇਹਾ ਵਰਗੀ ਕੁੜੀ ਨਹੀਂ ਹੈਗੀ नेहा ਨੂੰ ਤਾਂ ਕਦੀ ਕੋਈ ਬਿਮਾਰੀ ਲੱਗੀ ਨਹੀਂ ਸਕਦੀ ਕੋਰੋਨਾ ਵੀ ਨਹੀਂ ਹੱਥੋਂ ਡਰਦਾ ਹਾਂ ਮੈਨੂੰ ਹੁੰਦਾ ਨਹੀਂ ਖੈਰ ਚਲੋ ਹਾਂ ਕਿੱਥੇ ਸੀ ਆਪਾਂ ਮੈਨੂੰ ਨਹੀਂ ਪਤਾ ਹੁਣ ਮੈਂ ਰਿਪੀਟ ਨਹੀਂ ਕਰਨੀ ਬਾਈ ਉਹ ਮੈਨੂੰ ਕੀ ਮਰਦਾ ਮੈਂ ਤਾਂ ਯਾਦ ਵੀ ਨਹੀਂ ਕਿ ਬੋਲ ਗਈ ਸੀ ਅੱਛਾ ਹਾਰ ਨਾਰੀ ਕਾ ਗਹਿਰਾ ਹੈ ਨਾ ਉਹ ਤਾਂ ਹੋ ਗਈ ਸੀ ਅਗਲੀ ਸੀ ਕੀ ਸੀਗੀ ਉਹ ਕਿਹੜੀ ਚੀਜ਼ ਆ ਜਿਹੜੀ ਕਿ ਆਪਾਂ ਦਿਨ ਪਰ ਚੱਕਦੇ ਆ ਤੇ ਰੱਖਦੇ ਆ ਚੱਕਦੇ ਆ ਤੇ ਰੱਖਦੇ ਇਹਦੇ ਕਈ ਜਵਾਬ ਬਣਦੇ ਨੇ ਬਟ ਜਿਹੜਾ ਨੇਹਾ ਜੀ ਜਵਾਬ ਸੁਣਨਾ ਚਾਹੁੰਦੇ ਨੇ ਉਹ ਹੈ ਕਦਮ ਹਾਂਜੀ ਐਕਸਪਲੇਨ ਮੀ ਐਕਸਪਲੇਨ ਅਸੀਂ ਸਾਰੇ ਦਿਨ ਜਦ ਚੱਲਦੇ ਆਂ ਤਾਂ ਕਦਮ ਚੱਕਦੇ ਆਂ ਧਰਦੇ ਆਂ ਚੱਕਦੇ ਆਂ ਧਰਦੇ ਆਂ ਲੇਕਿਨ ਲੇਕਿਨ ਜਿਹੜੇ ਸਾਡੇ ਵੀਰਾ ਪੈਰ ਨਹੀਂ ਹਨ ਕੁਦਰਤੀ ਤੌਰ ਤੇ ਜਾਂ ਕੋਈ ਐਕਸੀਡੈਂਟ ਦੇ ਵਿੱਚ ਉਹਨਾਂ ਦਾ ਨਹੀਂ ਇਹ ਜਵਾਬ ਨਹੀਂ ਬਣਦਾ ਹਨਾ ਤੇ ਬਸ ਇਹੀ ਜਵਾਬ ਹੈ ਕੋਈ ਗੱਲ ਨਹੀਂ ਆਪਣਾ ਕਮੈਂਟ ਕਰ ਦੋ ਹਾਂ ਲੇਕਿਨ ਜ਼ਿੰਦਗੀ ਉਹ ਵੀ ਜਿੰਦੇ ਨੇ ਉਹ ਜ਼ਿੰਦਗੀ ਸ਼ਾਹੀ ਤਰੀਕੇ ਦੇ ਨਾਲ ਜੀਓ ਯਾਰ ਜਦ ਲਈ ਹਾਰ ਦਾ ਮੰਨੋ ਹਾਰ ਮੰਨਣ ਵਾਲਾ ਇਨਸਾਨ ਨਹੀਂ ਹੈ ਇਨਸਾਨ ਦੀ ਜ਼ਿੰਦਗੀ ਦੇ ਉਤਾਰ ਚੜਾਵ ਆਂਦੇ ਹੀ ਨੇ ਠੀਕ ਹੈ ਬਟ ਗੱਲ ਇਹ ਹੈ ਕਿ ਜ਼ਿੰਦਗੀ ਨਾਲ ਲੜੋ ਤੇ ਇੰਜੋਏ ਕਰੋ ਹਾਰਨਾ ਮੰਨੋ ਯਾਰ ਜਿਹੜਾ ਸੁਸਾਈਡ ਕਰ ਲੈਂਦੇ ਨੇ ਬੜਾ ਕੁਝ ਹੁੰਦਾ ਉਹ ਨਾ ਕਰੋ ਲੜੋ ਹੋ ਗਿਆ ਔਰ ਜਿਓ ਇੰਜੋਏ ਕਰੋ ਲਾਈਫ